ਤੋ ਮੁਲਾਜ਼ਾ ਫਰਮਾਏ ਕਿ ਜਿਨ੍ਹਾਂ ਨੂੰ ਵੇਖਦੇ ਹੀ ਫੁੱਲ ਖਿਲ ਜਾਂਦੇ ਨੇ ਜ਼ਿੰਦਗੀ ਵਿੱਚ। ਆਸ਼ੀਸ਼ ਭਾਈ ਸ਼ੇਰ ਦੇਖਣਾ, ਜਿਨ੍ਹਾਂ ਨੂੰ ਵੇਖਦੇ ਹੀ ਫੁੱਲ ਖਿਲ ਜਾਂਦੇ ਨੇ ਜ਼ਿੰਦਗੀ ਵਿੱਚ। ਕਈ ਵਾਰੀ ਅਜਿਹੇ ਲੋਕ ਮਿਲ ਜਾਂਦੇ ਨੇ ਜ਼ਿੰਦਗੀ ਵਿੱਚ, ਜਿਨ੍ਹਾਂ ਨੂੰ ਵੇਖਦੇ ਹੀ ਫੁੱਲ ਖਿਲ ਜਾਂਦੇ ਨੇ ਜ਼ਿੰਦਗੀ ਵਿੱਚ। ਕਈ ਵਾਰੀ ਅਜਿਹੇ ਲੋਕ ਮਿਲ ਜਾਂਦੇ ਨੇ ਜ਼ਿੰਦਗੀ ਵਿੱਚ ਜਿਹੜੇ ਕਰਦੇ ਨੇ ਦਾਵਾ ਕਿ ਨਹੀਂ ਡੁੱਲਦੇ ਸੁਹੱਪਣ ਤੇ, ਜਿਹੜੇ ਕਰਦੇ ਨੇ ਦਾਵਾ ਕਿ ਨਹੀਂ ਡੁੱਲਦੇ ਸੁਹੱਪਣ ਤੇ, ਕਿਸੇ ਦੀ ਸਾਦਗੀ ਉੱਤੇ ਵੀ ਡੁੱਲ ਜਾਂਦੇ ਨੇ ਜ਼ਿੰਦਗੀ ਵਿੱਚ। ਤੋ ਕੋਈ ਮੁਹੱਬਤ ਸੇ ਬੁਲਾਏ ਤੋ ਮਹਿਕ ਉੱਠਤਾ ਹੂੰ। ਗਜ਼ਲ ਸੇ ਪਹਿਲੇ ਖੁੱਲੇ ਰੂਪ ਮੈਂ ਕਹੂੰਗਾ ਕਿ ਕੋਈ ਮੁਹੱਬਤ ਸੇ ਬੁਲਾਏ ਤੋ ਮਹਿਕ ਉੱਠਤਾ ਹੂੰ, ਤੇਰੀ ਜਬ ਬਾਤ ਸੁਣਾਏ ਤੋ ਮਹਿਕ ਉੱਠਤਾ ਹੂੰ। ਕੋਈ ਮੁਹੱਬਤ ਸੇ ਬੁਲਾਏ ਤੋ ਮਹਿਕ ਉੱਠਤਾ ਹੂੰ, ਤੇਰੀ ਜਬ ਬਾਤ ਸੁਣਾਏ ਤੋ ਮਹਿਕ ਉੱਠਤਾ ਹੂੰ। ਔਰ ਮੇਰੇ ਹਾਲਾਤ ਅਬ ਬਸ ਇਸ ਤਰ੍ਹਾਂ ਕੇ ਹੈ ਰਾਜਨ, ਮੇਰੇ ਹਾਲਾਤ ਅਬ ਬਸ ਇਸ ਤਰ੍ਹਾਂ ਕੇ ਹੈ ਰਾਜਨ, ਕਿ ਤੇਰਾ ਖਿਆਲ ਵੀ ਆਏ ਤੋ ਮਹਿਕ ਉੱਠਤਾ। ਤੋ ਅਕਸਰ ਮੈਂ ਵੈਸੇ ਤਰੰਗੂ ਮੈਂ ਕਹਿਤਾ ਹੂੰ ਕਲਾਮ, ਲੇਕਿਨ ਅੱਜ ਤਹਿਤ ਮੈਂ ਮੁਲਾਇਜ਼ਾ ਫਰਮਾਇਆ ਤਰੰਨੁਮ ਵੀ ਪੜ੍ਹਨਾ ਹੈ, ਉਹ ਠੀਕ ਹੈ ਅਗਰ ਮੌਕਾ ਹੋਗਾ ਵਕਤ ਹੋਗਾ ਤੋ, ਲੇਕਿਨ ਇੱਕ ਤਹਿਤ ਮੈਂ ਮੇਰੀ ਗਜ਼ਲ ਕੇ ਚੰਦਾ ਸ਼ਾਹ। ਸਭੀ ਲੋਕ ਬੈਠੇ ਹੋਏ ਹੈ, ਮੈਂ ਉਮੀਦ ਕਰਤਾ ਹੂੰ ਕਿ ਮੇਰੀ ਬਾਤ ਆਪ ਤੱਕ ਪਹੁੰਚੇਗੀ। ਬਹੁਤ ਸਿੱਧੀ ਸਿੱਧੀ ਬਾਤੇਂ ਕਰਨੇ ਮੈਂ ਯਕੀਨ ਰੱਖਤਾ ਹੂੰ। ਤੋ ਜੈਸਾ ਮੁਝੇ ਹੁਕਮ ਹੋਇਆ ਹੈ ਅਭਿਸ਼ੇਕ ਜੀ ਕਾ, ਮੈਂ ਵਹੀ ਕਲਾਮ ਕਹਿਤਾ ਹੂੰ ਆਪਕੇ ਪੇਸ਼ੇ ਖਿਦਮਤ ਹੈ। ਮੁਲਾਇਜ਼ਾ ਫਰਮਾਏ, ਅਰਜ਼ ਕਰ ਰਹਾ ਹੂੰ ਕਿ ਨੀਅਤ ਸਾਫ਼ ਹੈ ਜਾਂ ਨਜ਼ਰ ਕਾਲੀ ਦੇਖ ਲੇਤੇ ਹੈ। ਮੁਲਾਜ਼ਾ ਫਰਮਾਏ ਗਜ਼ਲ ਕਾ ਮਤਲਬ ਕਿ ਨੀਅਤ ਸਾਫ਼ ਹੈ ਜਾਂ ਨਜ਼ਰ ਕਾਲੀ ਦੇਖ ਲੇਤੇ ਹੈ, ਬਿਨਾ ਦੇਖੇ ਸਭੀ ਕੋ ਜਗ ਕੇ ਵਾਲੀ ਦੇਖ ਲੇਤੇ ਹੈ। ਨੀਅਤ ਸਾਫ਼ ਹੈ ਜਾਂ ਨਜ਼ਰ ਕਾਲੀ ਦੇਖ ਲੇਤੇ ਹੈ, ਬਿਨਾ ਦੇਖੇ ਸਭੀ ਕੋ ਜਗ ਕੇ ਵਾਲੀ ਦੇਖ ਲੇਤੇ ਹੈ, ਔਰ ਕਭੀ ਕੁਛ ਵੀ ਨਹੀਂ ਕਹਤੇ ਮੇਰੇ ਬੱਚੇ ਮੁਝੇ ਆ ਕੇ, ਕਭੀ ਕੁਛ ਵੀ ਨਹੀਂ ਕਹਤੇ ਮੇਰੇ ਬੱਚੇ ਮੁਝੇ ਆ ਕੇ, ਮੇਰੇ ਜਬ ਦੂਰ ਸੇ ਹੀ ਹਾਥ ਖਾਲੀ ਦੇਖ ਲੇਤੇ ਹੈ। ਮੇਰੇ ਜਬ ਕਭੀ ਕੁਛ ਵੀ ਨਹੀਂ ਕਹਤੇ ਮੇਰੇ ਬੱਚੇ ਮੁਝੇ ਆ ਕੇ, ਮੇਰੇ ਜਬ ਦੂਰ ਸੇ ਹੀ ਹਾਥ ਖਾਲੀ ਦੇਖ ਲੇਤੇ ਹੈ। ਔਰ ਅਕਸਰ ਮਾਂ ਕੇ ਬਾਰੇ ਮੇਂ ਲਿਖਾ ਗਿਆ ਹੈ, ਬਹੁਤ ਕੁਛ ਲਿਖਾ ਗਿਆ ਹੈ, ਲੇਕਿਨ ਇੱਕ ਆਸਪੈਕਟ ਬੱਚੋਂ ਕਾ ਵੀ ਹੈ। ਉਨਕੋ ਉਨਕਾ ਨਜ਼ਰੀਆ ਜ਼ਹਿਨ ਮੇਂ ਰੱਖਤੇ ਹੋਏ ਮੁਲਾਇਜ਼ਾ ਫਰਮਾਏ ਕਿ ਮੇਰੇ ਜਬ ਦੂਰ ਸੇ ਹੀ ਹਾਥ ਖਾਲੀ ਦੇਖ ਲੇਤੇ ਹੈ, ਔਰ ਖਾਣਾ ਖਾ ਚੁੱਕੇ ਬੱਚੋਂ ਕੇ ਉੱਪਰ ਕਿਆ ਗੁਜ਼ਰਤੀ ਹੈ, ਖਾਣਾ ਖਾ ਚੁੱਕੇ ਬੱਚੋਂ ਕੇ ਉੱਪਰ ਕਿਆ ਗੁਜ਼ਰਤੀ ਹੈ, ਨਿਵਾਲੇ ਕੇ ਬਿਨਾਂ ਜਬ ਮਾਂ ਕੀ ਥਾਲੀ ਦੇਖ ਲੇਤੇ ਹੈ। ਖਾਣਾ ਖਾ ਚੁੱਕੇ ਬੱਚੋਂ ਕੇ ਉੱਪਰ ਕਿਆ ਗੁਜ਼ਰਤੀ ਹੈ, ਨਿਵਾਲੇ ਕੇ ਬਿਨਾਂ ਜਬ ਮਾਂ ਕੀ ਥਾਲੀ ਦੇਖ ਲੇਤੇ ਹੈ। ਔਰ ਇੱਕ ਦੁਆ ਪੜ ਰਹਾ ਹੂੰ ਕਿ ਨਿਵਾਲੇ ਕੇ ਬਿਨਾਂ ਜਬ ਮਾਂ ਕੀ ਥਾਲੀ ਦੇਖ ਲੇਤੇ ਹੈ, ਕਿ ਡਾਲੋ ਚੰਦ ਫੁੱਲ ਝੜੀਆਂ ਖੁਦਾਇਆ ਉਨਕੀ ਝੋਲੀ ਜੋ, ਡਾਲੋ ਚੰਦ ਫੁੱਲ ਝੜੀਆਂ ਖੁਦਾਇਆ ਉਨਕੀ ਝੋਲੀ ਜੋ, ਪਟਾਖੇ ਸੁਣ ਕੇ ਔਰੋਂ ਕੇ ਦੀਵਾਲੀ ਦੇਖ ਲੇਤੇ ਹੈ। ਡਾਲੋ ਚੰਦ ਫੁੱਲ ਝੜੀਆਂ ਖੁਦਾਇਆ ਉਨਕੇ ਹਿੱਸੇ ਜੋ, ਪਟਾਖੇ ਸੁਣ ਕੇ ਔਰੋਂ ਕੇ ਦੀਵਾਲੀ ਦੇਖ ਲੇਤੇ ਹੈ, ਔਰ ਜਿਨ੍ਹੇ ਹੈ ਫਿਕਰ ਬੇਟੀ ਕੀ ਸਹਿਮ ਜਾਤੇ ਹੈ ਵੋ ਅਕਸਰ, ਜਿਨ੍ਹੇ ਹੈ ਫਿਕਰ ਬੇਟੀ ਕੀ ਸਹਿਮ ਜਾਤੇ ਹੈ ਵੋ ਅਕਸਰ, ਸੜਕ ਪੇ ਜਬ ਕੋਈ ਗੁੰਡਾ ਮਵਾਲੀ ਦੇਖ ਲੇਤੇ ਹੈ, ਸੜਕ ਪੇ ਜਬ ਕੋਈ ਗੁੰਡਾ ਮਵਾਲੀ ਦੇਖ ਲੇਤੇ ਹੈ, ਔਰ ਕਿਸੀ ਮੇ ਢੂੰਢਣਾ ਆਪਣੇ ਖਿਆਲੋਂ ਕੋ ਤੋ ਮੁਸ਼ਕਿਲ ਹੈ, ਕਿਸੀ ਮੇ ਢੂੰਢਣਾ ਆਪਣੇ ਖਿਆਲੋਂ ਕੋ ਤੋ ਮੁਸ਼ਕਿਲ ਹੈ, ਮਗਰ ਜਾਏ ਜਹਾਂ ਵੀ ਹਮ ਖਿਆਲੀ ਦੇਖ ਲੇਤੇ ਹੈ, ਮਗਰ ਜਾਏ ਜਹਾਂ ਵੀ ਹਮ ਖਿਆਲੀ ਦੇਖ ਲੇਤੇ ਹੈ, ਔਰ ਬਿਨਾਂ ਬੋਲੇ ਮੇਰੀ ਝੋਲੀ ਕੋ ਭਰ ਦੋ ਐ ਮੇਰੇ ਮੌਲਾ, ਬਿਨਾਂ ਬੋਲੇ ਮੇਰੀ ਝੋਲੀ ਕੋ ਭਰ ਦੋ ਐ ਮੇਰੇ ਮੌਲਾ, ਸੁਣਾ ਹੈ ਆਪ ਅੰਦਰ ਤੱਕ ਸਵਾਲੀ ਦੇਖ ਲੇਤੇ ਹੈ, ਸੁਣਾ ਹੈ ਆਪ ਅੰਦਰ ਤੱਕ ਸਵਾਲੀ ਦੇਖ ਲੇਤੇ ਹੈ। ਔਰ ਗਜ਼ਲ ਕਾ ਮਕਤਾ ਦੇਖੇ ਕਿ ਸੁਣਾ ਹੈ ਆਪ ਅੰਦਰ ਤੱਕ ਸਵਾਲੀ ਦੇਖ ਲੇਤੇ ਹੈ, ਔਰ ਜੁਦਾ ਹੋਣੇ ਕਿ ਜੋ ਦਿਲ ਮੇਂ ਕਭੀ ਆ ਜਾਏ ਤੋ ਰਾਜਨ। ਮਕਤਾ ਮੁਲਾਜ਼ਾ ਫਰਮਾਏ
कि जुदा होने की जो दिल में कभी आ जाए तो राजन, नदी सूखी हुई या टूटी डाली देख लेते हैं, नदी सूखी हुई या टूटी डाली देख लेते हैं। जुदा होने की जो दिल में कभी आ जाए तो राजन, नदी सूखी हुई या टूटी डाली देख लेते हैं। नियत साफ है या नजर काली देख लेते हैं। बिना देखे सभी को जग के वाली देख लेते हैं। इजाजत है एक तरनुम में कह दूं, खाना खा चुके बच्चों के ऊपर क्या गुजरती है, खाना खा चुके बच्चों के ऊपर क्या गुजरती है, निवाले के बिना जब माँ की थाली देख लेते हैं। एक बिल्कुल मैं नौजवान पीढ़ी बैठी हुई है तो एक बिल्कुल अलग से अंदाज की गजल कहने की कोशिश करो तरन्नुम में। हर्ष भाई मुझे बॉटल दे दीजिए प्लीज पानी। आँखों ने मेरी राज ये सबको बता दिया। थैंक यू। आँखों ने मेरी राज ये सबको बता दिया, आँखों ने मेरी राज ये सबको बता दिया, मुझको तुम्हारी याद ने फिर से रुला दिया, मुझको तुम्हारी याद ने फिर से रुला दिया। और शेर देखना बतौर खास, पूछा उसे जो इतना के अब तेरा क्या हूं मैं, पूछा उसे जो इतना, पूछा उसे जो इतना के अब तेरा क्या हूं मैं, लिख कर के उसने नाम हमारा मिटा दिया, लिख कर के उसने नाम हमारा मिटा दिया, आंखों में आंखें डाल के एक बार बोल दो, आंखों में आंखें डाल के एक बार बोल दो, खाओ कसम के तूने सब कुछ भुला दिया, खाओ कसम के तूने सब कुछ भुला दिया।